ਕੀ ਤੁਸੀਂ ਐਕਸੀਡੈਂਟ ਦੇ ਕਾਰਨ ਪਰੇਸ਼ਾਨ ਹੋ ਕਾਲ ਹਾਸ਼ਮੀ ਲਾਅ ਫਰਮ ਇਹ ਪਰਸਨਲ ਇੰਜਰੀ ਅਤੇ ICBC ਕੇਸਸ ਦੇ ਮਾਹਰ ਹਨ ਡਾਇਨਾਮਿਕ ਤਜਰਬਕਾਰ ਅਤੇ ਪ੍ਰੋਫੈਸ਼ਨਲ ਲਾਇਰਸ ਦੀ ਟੀਮ ਨੂੰ ਅੱਜ ਹੀ ਫ੍ਰੀ ਕੰਸਲਟੇਸ਼ਨ ਲਈ ਕਾਲ ਕਰੋ 604 599 2300 ਕਿ ਸੰੁਪਤਾ ਤੁਹਾਡੇ ਉਤੇ ਕੀ ਗੁਜ਼ਰ ਰਹੀ ਹੈ ਅਸੀਂ ਤੁਹਾਡੇ ਨਾਲ ਹਾਂ ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ ਸਮਝ ਨਹੀਂ ਆਉਂਦਾ ਕੀ ਕਰੋ ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਤੇ ਮਾੜਾ ਅਸਰ ਪਾ ਸਕਦੀਆਂ ਹਨ ਜੇ ਤੁਸੀ ਇਸ ਮੁਸ਼ਕਲ ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਅਸੀਂ ਤੁਹਾਡੇ ਕਰਜ਼ੇ ਨੂੰ ਵਾਧ ਤੋਂ ਵਾਧ ਕਟਾ ਕੇ ਰਹਿਂਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ ਚ ਬਦਲ ਸਕਦੇ ਹਾਂ ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ 18667908984 ਬਿਜ਼ਨਸ ਸੋਲੂਸ਼ਨਸ ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮਿਲਾਂਕਾਤ ਕਰਾਵਾਂਗੇ ਅਮਰਿਤ ਸਿੰਘ ਰਾਏ ਨਾਲ ਅੱਤੇ ਇਹ ਹੀ ਸਾਡੇ ਨਾਲ ਗੱਲਬਾਤ ਕਰਨਗੇ ਕਿ ਸਾਡੇ ਭਾਈਚਾਰੇ ਵਿੱਚ ਖਾਸ ਤੌਰ ਤੇ ਜਿਹੜੀ ਬਹੁਤ ਵੱਡੀ ਸਮੱਸਿਆ ਸਾਹਮਣੇ ਆ ਰਹੀ ਹੈ ਉਹ ਹੈ ਅਲਕੋਹੋਲਿਜ਼ਮ ਦੀ ਜਾਂ ਫਿਰ ਡਰੱਗਸ ਦੇ ਵਿੱਚ ਬਹੁਤ ਸਾਰੇ ਸਾਡੇ ਨੌਜਵਾਨ ਅਤੇ ਇਵਨ ਵੱਡੇ ਵੀ ਜਿਹੜੇ ਫਸਦੇ ਜਾ ਰਹੇ ਨੇ ਇਸ ਵਾਸਤੇ ਕਿਸ ਤਰੀਕੇ ਨਾਲ ਅਸੀਂ ਇਸ ਸਮੱਸਿਆ ਨਾਲ ਜੂਝਣਾ ਹੈ ਇਹ ਨਾਲ ਇਹ ਆਪ ਵੀ ਪਹਿਲਾਂ ਇੱਕ ਡਰਗ ਦੇਖ ਰਹੇ ਹਨ ਤੇ ਕਿਸ ਤਰੀਕੇ ਨਾਲ ਇਹ ਵੀ ਬਾਹਰ ਆ ਕੇ ਹੁਣ ਕਮਿਊਨਿਟੀ ਦੇ ਵਿੱਚ ਇਹ ਮੈਸੇਜ ਦੇ ਰਹੇ ਨੇ ਕਿ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਜੀ ਜੀ ਵੈਲਕਮ ਟੂ ਦਾ ਪ੍ਰੋਗਰਾਮ ਥੈਂਕ ਯੂ ਹਰਪ੍ਰੀ ਸਿੰਘ ਜੀ ਪਹਿਲਾਂ ਦਾ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਾਨੂੰ ਦੁਬਾਰਾ ਫੇਰ ਉਹਦੇ ਵਿੱਚ ਟਾਈਮ ਦਿੱਤਾ ਮੋਸਟ ਵੈਲਕਮ ਸੋ ਅਮਰ ਥੋੜਾ ਜਿਹਾ ਥੋੜਾ ਜਿਹਾ ਪਿਛੋਕੜ ਜਿਹੜਾ ਤੁਹਾਡਾ ਹੈਗਾ ਸਾਰੇ ਜਾਣਦੇ ਨੇ ਤੁਹਾਨੂੰ ਤੁਸੀਂ ਇੱਕ ਕਮਿਊਨਿਟੀ ਦੇ ਇੱਕ ਲੀਡਿੰਗ ਫਿਗਰ ਹੈਗੇ ਸੀ ਇੱਕ ਸਮੇਂ ਦੇ ਵਿੱਚ ਤੇ ਸਿਕ ਸਰਕਲਸ ਵਿੱਚ ਇੱਕ ਨਾਮ ਵਰ ਨਾਮ ਸੀ ਲੇਕਿਨ ਕਿਹੜੀ ਚੀਜ਼ ਨੇ ਤੁਹਾਨੂੰ ਡੀ ਰੇਲ ਪੀ ਆਣੇ ਕਿ ਡਰੱਗਸ ਵਾਲੇ ਪਾਸੇ ਪਰ ਫਿਰ ਫੇਥ ਨੇ ਤੁਹਾਨੂੰ ਇੰਨਾ ਸਟਰੋਂਗ ਮਜ਼ਬੂਤ ਕਰ ਦਿੱਤਾ ਕਿ ਤੁਸੀਂ ਨਾ ਸਿਰਫ ਆਪ ਠੀਕ ਹੋਏ ਪਰ ਆ ਕੇ ਵਾਪਸ ਲੋਕਾਂ ਨੂੰ ਵੀ ਇਹ ਮੈਸੇਜ ਦੇ ਰਹੇਗੇ ਇਹ ਜਿੰਦਗੀ ਦੇ ਵਿੱਚ ਕੋਈ ਉਤਰਾ ਚੜ੍ਹਾ ਆਉਂਦੇ ਰਹਿੰਦੇ ਨੇ ਤੇ ਮੇਰੇ 'ਚ ਵੀ ਇੱਕ ਬੜਾ ਉਤਰਾ ਦਾ ਬੱਚੇ ਹਸਾ ਆ ਜੀ ਜਿਹਨੂੰ ਆਪਾਂ ਕਹਿੰਦੇ ਆ ਡਿਪਰੈਸ਼ਨ ਰਾਈਟ ਤੇ ਉਹਨੂੰ ਡੀਪ ਡਿਪਰੈਸ਼ਨ ਕਹਿੰਦੇ ਆ ਆਪਾਂ ਮੰਨਦੇ ਨਹੀਂ ਹੈਗੇ ਆਪਾਂ ਕੋਈ ਦਵਾਈ ਨਹੀਂ ਖਾਂਦੇ ਮੈਂ ਨਹੀਂ ਮੰਨਦਾ ਮੈਂ ਨਾ ਕੋਈ ਮੈਡੀਸਿਨ ਖਾਧੀ ਸੀ ਤੇ ਜੇ ਡਾਕਟਰ ਨੇ ਲਿਖ ਵੀ ਦਿੱਤੀ ਮੈਂ ਉਹ ਮੈਡੀਸਿਨ ਤੇ ਬਲੀਵ ਨਹੀਂ ਕਰਦਾ ਠੀਕ ਉਹ ਡੀਪ ਡਿਪਰੈਸ਼ਨ ਹੁੰਦਿਆਂ ਹੁੰਦਿਆਂ ਹੋਇਆ ਸਾਨੂੰ ਫਿਰ ਦੁਬਾਰਾ ਮੈਂ ਕਹੂੰ ਅਲਕੋਹੋਲਿਕ ਪਹਿਲਾਂ ਸੀਗਾ ਪਹਿਲਾਂ ਮੈਂ ਐਡਿਕਸ਼ਨ ਦੇ ਵਿੱਚ ਸੀਗਾ ਜੀ ਆਪਣੇ 84 ਤੋਂ ਪਹਿਲਾਂ 84 ਜੂਨ 4 ਨੂੰ ਮੈਂ ਚੇਂਜ ਹੋਇਆ ਹੂੰ ਹੂੰ ਤੇ ਉਹਦੇ ਨਾਲ ਉਹ ਸਾਡੀ ਸੰਗਤ ਵੀ ਇਹੋ ਜੀ ਰਹੀ ਜਿਹਦੇ ਨਾਲ ਅਸੀਂ ਨਸ਼ਾ ਨਹੀਂ ਕੀਤਾ ਜੀ ਪਰ ਉਹ ਕੋਈ ਨਾ ਕੋਈ ਫੇ ਵੀ ਤੁਹਾਡੇ ਦੁਆਰੇ ਦੁਆਰਾ ਉਹ ਉੱਠ ਖੜਦੇ ਆ ਜਿਹੜੇ ਅਲਕੋਹਲ ਡਿਜ਼ੀਜ਼ ਹੈਗੀ ਆ ਇਹ ਜੀ ਇਹ ਡਰੱਗ ਐਡਿਕਸ਼ਨ ਇਸ ਐ ਡਿਜ਼ੀਜ਼ ਹੁਣ ਆਪਾਂ ਮੰਨਣ ਲੱਗਿਆ ਪਹਿਲਾਂ ਕੋਈ ਨਹੀਂ ਮੰਨਦਾ ਵੀ ਇਹ ਇੱਕ ਡਿਜ਼ੀਜ਼ ਹੈਗੀ ਆ ਇੱਕ ਪ੍ਰੋਬਲਮ ਹੈਗੀ ਆ ਤੇ ਉਦੋਂ ਕਈ ਸਾਲ ਚੱਲਦੇ ਰਹੇ ਆ ਆਪਾਂ ਜਦੋਂ ਡਿਪਰੈਸ਼ਨ ਦੇ ਵਿੱਚ ਚਲੇ ਗਿਆ ਤਾਂ ਮੈਨੂੰ ਮੈਂ ਆਪ ਡਰੱਗ ਤੇ ਅਲਕੋਹਲ ਕਰਦਾ ਜੀ ਬਹੁਤ ਜ਼ਿਆਦਾ ਥੱਲੇ ਜਾ ਡਿ ਗਿਆ ਸੀ ਰਾਈਟ ਤੇ ਜਿਹੜਾ ਕਿ ਮੇਰੀ ਲਾਈਫ ਨੂੰ ਬਹੁਤ ਜਿਆਦੇ ਥ੍ਰੈਟ ਸੀ ਮੈਂ ਬਹੁਤ ਜਿਆਦੇ ਵੇਟ ਲੂਸ ਕਰ ਲਿਆ ਹੈ ਆਪਣੀ ਹੈਲਥ ਲੂਸ ਕਰ ਲਈ ਉਹਦੇ ਨਾਲ ਫਾਈਨੈਂਸ਼ਲੀ ਜੋਬ ਫੈਮਿਲੀ ਸਾਰਾ ਕੁਝ ਮੇਰਾ ਸਾਰਾ ਕੁਝ ਇਫੈਕਟ ਹੋ ਗਿਆ ਕਿੰਨੇ ਸਾਲ ਤੁਸੀਂ ਇਸ ਚੱਕਰ ਵਿੱਚ ਫਸੇ ਰਹੇ ਮੈਨੂੰ ਹੁਣ 12 10 ਸਾਲ ਤੋਂ ਓਵਰ ਹੋ ਗਿਆ ਹੈ ਤੇ ਜਿੰਨਾ ਚਿਰ ਮੈਂ 5 ਸਾਲ ਕਲੀਨ ਆ ਮੈਂ 7 ਸਾਲ ਫਸਿਆ ਰਿਹਾ ਅੱਜ ਅੱਛਾ ਜੀ ਸੋ ਹੁਣ ਜਦੋਂ ਤੁਸੀਂ ਕਲੀਨ ਦੀ ਗੱਲ ਕਰਦੇ ਹੈਗੇ ਹੋ ਕਿਉਂਕਿ ਅੱਜ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆਪਣੀ ਕਮਿਊਨਿਟੀ ਵਿੱਚ ਹੈਗੀ ਤੁਸੀਂ ਤਾਂ ਹੁਣ ਡੀਲ ਕਰਦੇ ਹੋ ਲੋਕਾਂ ਨੂੰ ਜਿਹੜੇ ਮੈਸੇਜ ਦੇ ਰਹੇ ਹੋ ਕਿੰਨੀ ਕੋ ਗੰਭੀਰ ਤੁਸੀਂ ਸਮਝ ਰਹੇ ਹੋ ਤੇ ਇਹਦੇ ਵਾਸਤੇ ਕਿਸ ਤਰੀਕੇ ਨਾਲ ਤੁਸੀਂ ਸਮਝਦੇ ਹੋ ਕਿ ਇਹ ਚੀਜ਼ ਤੋਂ ਬਚਿਆ ਜਾ ਸਕਦਾ ਹੈ ਇਹ ਬਹੁਤ ਸੀਰੀਅਸ ਹੈਗੀ ਯਾ ਡਿਕਸ਼ਨ ਇਜ਼ ਅ బిਗੇਸਟ ਡਿਜ਼ੀਜ਼ ਰਾਈਟ ਪਹਿਲਾਂ ਤਾਂ ਪਹਿਲਾਂ ਇਹਨੂੰ ਕੋਈ ਪੁੱਛਦਾ ਨਹੀਂ ਸੀ ਹੁਣ ਗਵਰਨਮੈਂਟ ਵੀ ਇਹਨੂੰ ਪੈਸੇ ਦੇਣ ਲੱਗੀ ਆ ਡਾਕਟਰਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਐਡਿਕਸ਼ਨ ਇਸ ਆ ਪ੍ਰੋਬਲਮ ਇਹਨਾਂ ਦੇ ਸੈਂਟਰਾਂ ਨੂੰ ਉਨੀ ਕਾਰਨਾ ਗ੍ਰੈਂਟਾ ਸ਼ੁਰੂ ਕਰਤੀਆਂ ਸਾਰਾ ਉਹ ਹਲ ਫੋਨ ਲੱਪਈ ਆ ਕੰਮ ਤੋਂ ਆਫ ਹੋਣ ਲੱਪਾਇਆ ਪਹਿਲਾਂ ਕੰਮ ਤੇ ਨਹੀਂ ਸੀ ਆਫ ਦਿੰਦੇ ਆਲਕੋਹੋਲਿਕ ਨੂੰ ਹੁਣ ਕੰਮ ਵਾਲੇ ਵੀ ਪੇ ਕਰਦੇ ਨੇ ਹਣਾ ਐਸਾ ਸੀਰੀਅਸ ਪ੍ਰੋਬਲਮ ਸਪੈਸ਼ਲੀ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਹੀ ਪ੍ਰੋਬਲਮ ਆਈ ਆ ਤੇ ਇਹਦੇ ਨਾਲ ਜੇ ਮੇਰੇ ਤੇ ਆ ਸਕਦੀ ਆ ਕੋਈ ਵੀ ਅਲਕੋਹਲ ਕੋਈ ਵੀ ਬੰਦਾ ਡਰਗ ਕਰ ਸਕਦਾ ਉਹ ਇਹ ਨਹੀਂ ਦੇਖਦਾ ਵੀ ਜੱਜ ਆ ਜਾਂ ਮੈਂ ਲੋਹੇ ਰਿਆਂ ਜਾਂ ਮੈਂ ਗਿਆਨੀ ਆ ਜਾਂ ਮੈਂ ਕੋਈ ਫਕੀਰ ਆ ਜਦੋਂ ਪ੍ਰੋਬਲਮ ਹੋਣੀ ਆ ਉਹਨੂੰ ਜਦੋਂ ਅਲਕੋਹਲ ਦੀ ਪ੍ਰੋਬਲਮ ਆ ਜਾਣੀ ਹੈ ਨਾ ਅਲਕੋਹੋਲੋਜਮ ਜਿਸ ਹੈ ਉਹ ਇੱਕ ਡਿਜ਼ੀਜ਼ ਕਿਸੇ ਨੂੰ ਵੀ ਆ ਸਕਦੀ ਹੈ ਰਾਈਟ ਇਹਦਾ ਰੀਜ਼ਨ ਜਦੋਂ ਅਸੀਂ ਗੱਲ ਕਰਦੇ ਹਾਂ ਜਦੋਂ ਅਸੀਂ ਮੇਨਸਟ੍ਰੀਮ ਨਾਲ ਆਪਣੇ ਆਪ ਨੂੰ ਕੰਪੇਅਰ ਕਰਦੇ ਹਾਂ ਤੁਸੀਂ ਤਾਂ ਦੋਨੋਂ ਹੀ ਕਲਚਰ ਦੇਖ ਚੁੱਕੇ ਹੋਗੇ ਉਹਦੇ ਬਾਰੇ ਥੋੜਾ ਜਿਹਾ ਦੱਸੋ ਸਾਨੂੰ ਕਿ ਕੀ ਮੁੱਖ ਕਾਰਨ ਤੁਸੀਂ ਸਮਝਦੇ ਹੋ ਜਿਹਦੇ ਕਾਰਨ ਲੋਕ ਜਿਹੜੇ ਇਸ ਵਿੱਚ ਫਸ ਜਾਂਦੇ ਹੈਗੇ ਹਨ ਇਹ ਆਪਣੀ ਫੈਮਿਲੀ ਲਾਈਫ ਪਹਿਲਾ ਨੰਬਰ 1 ਨੇ ਆ ਤੇ ਆਪਾਂ ਓਵਰ ਵੈਲਮ ਹੋ ਜਾਂਦੇ ਆ ਆਪਣੇ ਜੋਬ ਜਿਹਨੀਆਂ ਆਪਾਂ ਲਈ ਕਰਦੇ ਕੰਮ ਸੈਪਰੇਸ਼ਨ ਜੀ ਤੇ ਅੰਡਰ ਡੈਟ ਹੂੰ ਹੂੰ ਆਪਾਂ ਨੂੰ ਪ੍ਰੋਬਲਮ ਆ ਜਾਂਦੀ ਆ ਜਾਂ ਇੰਡੀਆ ਦੇ ਵਿੱਚ ਇਹ ਜੀ ਜਿਹੜੀ ਜਨਰੇਸ਼ਨ ਇੱਥੇ ਆ ਰਹੀ ਆ ਉੱਥੇ ਜਿਆਦਾ ਨਸ਼ਾ ਚੱਲ ਰਿਹਾ ਇੱਥੇ ਆ ਕੇ ਜਿਆਦਾ ਵਿਗੜੇ ਹੋਏ ਨੇ ਹੂੰ ਹੂੰ ਤੇ ਉਹ ਹੋ ਸਕਦਾ ਤੇ ਇਹਦੇ ਕਈ ਕਾਰਨ ਹੋ ਸਕਦੇ ਆ ਐਂਗਰ ਵੀ ਤੁਹਾਡੀ ਬਿਗੇਸਟ ਪ੍ਰੋਬਲਮ ਇਜ਼ ਐਂਗਰ ਹਮਮ ਐਂਗਰ ਨਾਲ ਤੁਸੀਂ ਰੀਲੈਪਸ ਹੋ ਜਾਂਦੇ ਆ ਤੁਹਾਡਾ ਐਂਗਰ ਤੁਸੀਂ ਕਿਵੇਂ ਕੋਪ ਕਰਨਾ ਕਿੰਨੇ ਤਰ੍ਹਾਂ ਦੇ ਐਂਗਰ ਨੇ ਕਿਵੇਂ ਤੁਸੀਂ ਉਹਨੂੰ ਕਿਵੇਂ ਡੀਲ ਕਰਨਾ ਰਾਈਟ ਹਨਾ ਇਹਦੇ ਵਿੱਚ ਬਹੁਤ ਜ਼ਿਆਦਾ ਸਟੇਜਾਂ ਨੇ ਜਿਹੜਾ ਕਿ ਬੰਦਾ ਐਡਿਕਸ਼ਨ ਦੇ ਵਿੱਚ ਆ ਜਾਂਦਾ ਇਹਦੇ ਬਾਰੇ ਅਸੀਂ ਡਿਟੇਲ ਵਿੱਚ ਆਉਣ ਵਾਲੇ ਪ੍ਰੋਗਰਾਮਸ ਵਿੱਚ ਗੱਲਬਾਤ ਕਰਾਂਗੇ ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਾਫੀ ਸਾਰੇ ਇਹਦੇ ਕਾਰਨ ਹੈਗੇ ਨੇ ਜਿਹਦੇ ਕਾਰਨ ਪਰ ਸੋਸ਼ਲ ਸਟੇਟਸ ਦੀ ਜਦੋਂ ਅਸੀਂ ਗੱਲ ਕਰਦੇ ਆ ਕਿ ਖਾਸ ਤੌਰ ਤੇ ਸਿੱਖਾਂ ਦੇ ਵਿੱਚ ਸਾਡੇ ਤੇ ਧਰਮ ਵਿੱਚ ਸਾਨੂੰ ਵਰਜਿਤ ਕੀਤਾ ਗਿਆ ਇਹਨਾਂ ਚੀਜ਼ਾਂ ਤੋਂ ਲੇਕਿਨ ਅੱਜ ਇੱਕ ਸੋਸ਼ਲ ਸਟੇਟਸ ਬਣ ਗਿਆ ਕੋਈ ਵਿਆਹ ਹੋਏ ਕੋਈ ਪਾਰਟੀ ਹੋਏ ਜਿੱਥੇ ਕਿ ਸ਼ਰਾਬ ਨਾ ਵਰਤਾਈ ਜਾਏ ਸਮਝਿਆ ਜਾਂਦਾ ਹੈ ਕਿ ਤਾਂ ਪਾਰਟੀ ਹੀ ਨਹੀਂ ਠੀਕ ਹੋਈ ਇਸ ਸੋਸ਼ਲ ਸਟੇਟਸ ਦਾ ਕਿੰਨਾ ਕੋ ਫਰਕ ਪੈ ਰਿਹਾ ਲੋਕਾਂ ਦੇ ਆਮ ਜਿਹੜਾ ਨਾ ਵੀ ਚਾਹੁੰਦਾ ਹੋਇਆ ਇਸ ਵਿੱਚ ਫਸ ਜਾਂਦਾ ਹੈਗਾ ਬਹੁਤ ਜ਼ਿਆਦਾ ਹੈ ਜੀ ਮੈਨੂੰ ਹੁਣ ਇਸ ਵੇਲੇ ਮੈਨੂੰ 5 ਸਾਲ ਹੋ ਗਏ ਪਰ ਮੈਂ ਸੋਸ਼ਲ ਪ੍ਰੋਗਰਾਮ ਤੇ ਨਹੀਂ ਜਾਂਦਾ ਮੈਨੂੰ ਪਤਾ ਵੀ ਉੱਥੇ ਪਾਰਟੀ ਆ ਉੱਥੇ ਮਿਊਜ਼ਿਕ ਚੱਲਦਾ ਉੱਥੇ ਸ਼ਰਾਬ ਚੱਲਣੀ ਆ ਆਬਵੀਅਸਲੀ ਮੇਰਾ ਮਨ ਚੱਤ ਕਰਿਆਣਾ ਕਿਉਂਕਿ ਆਮ ਆਲਕੋਹਲ ਰਾਈਟ ਮੈਨੂੰ ਡਾਰਿਆ ਮੈਨੂੰ ਆਪਣੀ ਸੇਫਟੀ ਰੱਖਣੀ ਪੈਣੀ ਹੈ ਤੇ ਉੱਥੇ ਮੈਨੂੰ ਜਾਣ ਲਈ ਮੈਂ ਬਿਲਕੁਲ ਪਰਹੇਜ਼ ਕਰਦਾ ਹੁਣਾ ਵੀ ਮੈਂ ਨਾ ਜਾਵਾਂ ਜੀ ਤੇ ਜਿਹੜੀ ਸ਼ਰਾਬ ਵਰਤ ਹੋ ਰਹੀ ਹੈ ਤਾਂ ਬਹੁਤ ਜ਼ਿਆਦਾ ਹੈ ਇਸ ਵੇਲੇ ਕੰਮ ਲੰਘਿਆ ਹੋਇਆ ਐਲਕੋਹੋਲਿਕ ਇਜ਼ ਨੰਬਰ 1 ਕਿਲਰ ਇਨ ਦਾ ਵਰਲਡ ਰਾਈਟ ਤੇ ਜੇ ਇਹਨੂੰ ਤੁਸੀਂ ਰਿਸਰਚ ਕਰੋਗੇ ਜ਼ਿਆਦੇ ਆਲਕੋਹਲ ਨਾਲ ਬੰਦੇ ਮਾਰ ਰਹੇ ਨੇ ਜਿਹੜੇ ਮੇਰੇ ਕੋਲੇ ਆਉਂਦੇ ਨੇ ਉਹ ਬਾਅਦ ਵਿੱਚ ਇੰਨਾ ਵਿਡਡਰੋਲ ਦੇ ਵਿੱਚ ਆਏ ਹੁੰਦੇ ਆ ਹੂੰ ਹੂੰ ਕਿਉਂਕਿ ਜਦੋਂ ਬੰਦਾ ਵਿਡਰੋਅਲ ਕਰਦਾ ਉਹ ਬਾਹਰੇ ਡੀਟੌਕਸ ਦੇ ਵਿੱਚ ਜਦੋਂ ਆਉਂਦਾ ਉਹ ਜ਼ਿਆਦਾ ਸੀਰੀਅਸ ਹੋਇਆ ਹੁੰਦਾ ਰਾਈਟ ਤੇ ਉਹ ਕੋਈ ਨਾ ਕੋਈ ਕਿਸੇ ਨੂੰ ਸੀਜ਼ਰ ਹੋ ਜਾਂਦਾ ਕੋਈ ਹਸਪੀਟਲ ਚਲ ਜਾਂਦਾ ਕਈਆਂ ਨੂੰ ਮੂਵ ਨਹੀਂ ਹੁੰਦਾ ਬੈੱਡ ਤੋਂ ਵਲਟੀਆਂ ਆਉਂਦੀਆਂ ਨੇ ਬਹੁਤ ਮੰਦਾ ਹਾਲ ਉਹਨਾਂ ਦੇ ਆਰਗਨ ਜਿਹੜੇ ਨੇ ਉਹ ਫੇਲ ਹੋਏ ਹੁੰਦੇ ਆ ਇਸ ਆ ਬਰੀ ਸੀਰੀਅਸ ਸਟੈਪ ਆਪਾਂ ਇਹਨੂੰ ਲੈਂਦੇ ਨਹੀਂ ਹੈਗੇ ਬਹੁਤ ਜਿਆਦਾ ਸੀਰੀਅਸ ਹੈ ਹੈ ਜਦਾਂ ਜਿਹੜੀ ਡਿਸੀਜ਼ ਹੈ ਸੋ ਇਹਦੇ ਵਾਸਤੇ ਆਮ ਲੋਕ ਜਿਹੜੇ ਖਾਸ ਤੌਰ ਤੇ ਹੈਗੇ ਨੇ ਉਹਨਾਂ ਵਾਸਤੇ ਤੁਸੀਂ ਕੀ ਜੋ ਤੁਹਾਡਾ ਐਕਸਪੀਰੀਅੰਸ ਹੈਗਾ ਉਹ ਚੋ ਜੋ ਸਿੱਖਿਆ ਤੁਸੀਂ ਕਿ ਇਹਦੇ ਪਹਿਲਾਂ ਤੇ ਆਪਾਂ ਗੱਲਬਾਤ ਕਰੀ ਕਿ ਪਤਾ ਕਿਵੇਂ ਚੱਲੇ ਕਿ ਵਾਕਿਆཅੀ ਜਿਹੜਾ ਇੱਕ ਵਿਅਕਤੀ ਹੈਗਾ ਉਹ ਇਸ ਵਿੱਚ ਫਸਦਾ ਜਾ ਰਿਹਾ ਕਿਉਂਕਿ ਇੱਕ ਵਾਰੀ ਸ਼ਰਾਬ ਪੀ ਲਈ ਘਰ ਆ ਗਏ ਘਰ ਦੇ ਵਿੱਚ ਲੜਾਈ ਹੋਈ ਜਾਂ ਸਭ ਕੁਝ ਹੋਇਆ ਤਾਂ ਘਰ ਵਾਲੇ ਵੀ ਸਪੋਰਟ ਕਈ ਵਾਰੀ ਨਹੀਂ ਕਰਦੇ ਤੇ ਉਹ ਬੰਦਾ ਜਿਹੜਾ ਹੈਗਾ ਆਪਣੇ ਆਪ ਨੂੰ ਬੇਵੱਸ ਸਮਝਦਾ ਹੈ ਐਂਡ ਅਗੇਨ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਦੁੱਖ ਦੁੱਖ ਹੀ ਦਾ ਸਮਾਂ ਹੋਵੇ ਦੁੱਖ ਦਾ ਜਾਂ ਫਿਰ ਖੁਸ਼ੀ ਦਾ ਬੰਦਾ ਕਹਿੰਦਾ ਕਿ ਚਲੋ ਹੁਣ ਸ਼ਰਾਬ ਹੀ ਇੱਕ ਸਹਾਰਾ ਬਣ ਜਾਂਦਾ ਹੈਗਾ ਆਈਸੋਲੇਸ਼ਨ ਇਜ਼ ਅ ਬਿਗ ਪਾਰਟ ਰਾਈਟ ਜੋ ਆਪਾਂ ਕਰਾਂਗੇ ਦੇਖਦੇ ਆ ਬੰਦਾ ਆਈਸੋਲੇਟ ਹੋ ਕੇ ਇਕੱਲਾ ਬਹਿਣ ਲੱਪਿਆ ਉਹਨੇ ਉਹਨੇ ਸ਼ਰਾਬ ਪੀਤੀ ਹੋਈ ਆ ਉਹਨੇ ਹੋਰ ਪੀਣੀ ਆ ਵੀ ਡਰਿੰਕ 3 ਟਾਈਮਸ ਯੂ ਆਰ ਯੂ ਆਰ ਐਨ ਐਲਕੋਹੋਲਿਕ ਜੇ ਡਰੱਗ ਮੈਂ ਤਿੰਨ ਵਾਰ ਹੈਰੋਇਨ ਕਰ ਲਈ ਆ ਮੈਂ ਚੌਥੀ ਵਾਰ ਕਰਨੀ ਏ ਕਰਨੀ ਆ ਠੀਕ ਉਹ ਵੇ ਬੰਦਾ ਡਿਜ਼ੀਜ਼ ਉਹਨੂੰ ਉਹ ਐਡਿਕਸ਼ਨ ਦੀ ਡਿਜ਼ੀਜ਼ ਹੋ ਜਾਂਦੀ ਆ ਕਿਉਂਕਿ ਉਹਨਾਂ ਦਾ ਸਾਡੇ ਨਾਲ ਪਿਆਰ ਨਸ਼ੇ ਨਾਲ ਪਿਆਰ ਹੋਣ ਲੱਗ ਪੰਦਾ ਉਹ ਫਿਰ ਦੁਨਿਆਵੀ ਪਿਆਰ ਉਹਦਾ ਟੁੱਟ ਜਾਂਦਾ ਫੈਮਲੀ ਨਾਲ ਪਿਆਰ ਟੁੱਟ ਜਾਂਦਾ ਜੀ ਉਹਨੂੰ ਕੋਈ ਦੁਨੀਆਂ ਨੂੰ ਆਪਣੇ ਆਪ ਨੂੰ ਨਹੀਂ ਲਾਈ ਕਰਦਾ ਹੁੰਦਾ ਤੇ ਉਹਦੇ ਕਈ ਪ੍ਰੋਬਲਮ ਹੁੰਦੇ ਆ ਉਹਨੂੰ ਫਿਰ ਸਿਰਫ ਪਿਆਰ ਉਹਦਾ ਉਹਦੀ ਐਡਿਕਸ਼ਨ ਨਾ ਹੋ ਜਾਂਦਾ ਰਾਈਟ ਤੇ ਉਹਦੇ ਨਾਲ ਫਿਰ ਆਈਸੋਲੇਟ ਹੋਣ ਲੱਗ ਪੰਦਾ ਉਹਨਾਂ ਫਿਰ ਪ੍ਰੋਬਲਮਾਂ ਬਹੁਤ ਆਉਂਦੀਆਂ ਨੇ ਉਹ ਨੂੰ ਇਹੀ ਹੁੰਦਾ ਵੇ ਮੈਂ ਕਹੇ ਨਾ ਕਹੇ ਤਰੀਕੇ ਨਾਲ ਮੈਂ ਡਰਿੰਕ ਲੈ ਲਵਾਂ ਹੁਣ ਨਹੀਂ ਤਾਂ ਉਹਨੂੰ ਇਹ ਹੁੰਦਾ ਵੇ ਮੈਂ ਖਤਮ ਸੋ ਪ੍ਰੋਬਲਮ ਕੀ ਕਰੇ ਉਸ ਸਮੇ ਉਸ ਸਮੇ ਕਿਸ ਤਰੀਕੇ ਨਾਲ ડીਲ ਕੀਤਾ ਜਾਏ ਕਿਉਂਕਿ ਇੱਕ ਤਾਂ ਹੈਗਾ ਆਈਸੋਲੇਸ਼ਨ ਦੀ ਗੱਲ ਹੋ ਗਈ ਪਰ ਕਈ ਵਾਰੀ ਪਰਿਵਾਰ ਚਾਹੁੰਦਾ ਵੀ ਹੈਗਾ ਆਫ ਕੋਰਸ ਕੋਈ ਪਰਿਵਾਰ ਵੀ ਨਹੀਂ ਚਾਹੁੰਦਾ ਕਿ ਕੋਈ ਵੀ ਬੱਚਾ ਜਾਂ ਕੋਈ ਘਰ ਦਾ ਜਿਹੜਾ ਮਰਦ ਹੈਗਾ ਉਹ ਇਸ ਪਾਸੇ ਨੂੰ ਹੋ ਜਾਏ ਪਰ ਉਸ ਸਮੇ ਨਾ ਉਹ ਸੁਣਦੇ ਨੇ ਕਿਉਂਕਿ ਤੁਹਾਨੂੰ ਪਤਾ ਜਿਸ ਤਰ੍ਹਾਂ ਦੇ ਸਾਡੇ ਘਰਾਂ ਦੇ ਮਾਹੌਲ ਨੇ ਲੇਡੀਜ਼ ਦੀ ਸੁਣਨੀ ਜਾਂਦੀ ਹੈਗੀ ਤੋਂ ਬੇਬਸ ਹੋ ਜਾਂਦੇ ਨੇ ਸਰਕਾਰ ਜਿਹੜੇ ਤੁਸੀਂ ਕਿਹਾ ਕਿ ਸੈਂਟਰਸ ਖੋਲੇ ਨੇ ਉੱਥੇ ਲਿਜਾਣਾ ਪੈਂਦਾ ਇਹ ਨਹੀਂ ਹੁੰਦਾ ਕਿ ਆਪਣੇ ਆਪ ਕੋਈ ਚਲੇ ਜਾਏਗਾ ਉੱਥੇ ਜਾਣ ਨੂੰ ਕੋਈ ਤਿਆਰ ਨਹੀਂ ਉਹ ਆ ਜੀ ਮੇਰੇ ਕੋਲੇ ਇਦਾਂ ਦਾ ਕੇਸ ਕੋਈ ਆ ਗਿਆ ਕੋਈ ਫੈਮਿਲੀ ਲੈ ਕੇ ਆ ਗਈ ਉਹਨੂੰ ਧੱਕੇ ਨਾਲ ਲੈ ਕੇ ਆਇਆ ਮੈਂ ਉੱਥੇ ਗਿਆ ਨਾ ਵੀ ਸੌਰੀ ਆਈ ਕੈਨ ਹੈਲਪ ਵੀ ਮੈਂ ਇਹਦੀ ਹੈਲਪ ਨਹੀਂ ਕਰ ਸਕਦਾ ਜਿੰਨਾ ਚਿਰ ਉਹ ਬੰਦਾ ਆਪ ਨਹੀਂ ਨਾ ਮੰਨਦਾ ਵੀ ਹਾਂ ਵੀ ਆਈ ਹੈਵ ਅ ਡਿਜ਼ੀਜ਼ ਵੀ ਅਲਕੋਹੋਲਿਕ ਇੱਕ ਪਾਵਰਫੁਲ ਚੀਜ਼ ਆ ਇਹ ਨਸ਼ਾ ਇੱਕ ਪਾਵਰਫੁਲ ਆ ਮੇ ਤੋਂ ਪਾਵਰਫੁਲ ਆ ਜਿੰਨਾ ਚਿਰ ਉਹ ਨਹੀਂ ਕਹਿੰਦਾ ਵੀ ਮੈਂ ਸਰੈਂਡਰ ਕਰਨ ਲੱਗਾ ਇਹਨੂੰ ਮੇਰੇ ਹੱਥ ਖੜਿਆ ਉਨਾ ਚਿਰ ਉਹਦੀ ਕੋਈ ਹੈਲਪ ਨਹੀਂ ਹੋ ਸਕਦੀ ਪਰ ਇਹਦੀ ਸੋਲੂਸ਼ਨ ਹੈਗਾ ਹੈ ਇਹਦਾ ਸੋਲੂਸ਼ਨ ਹੈਗਾ ਲਾਈਕ ਉਹਦੇ ਵਾਸਤੇ ਇਨੀਸ਼ੀਅਲ ਤਾਂ ਸਟੈਪ ਉਸ ਵਿਅਕਤੀ ਨੂੰ ਆ ਉਹ ਸਮਝੇ ਕਿ ਯੈਸ ਆਈ ਵਾਂਟ ਟੂ ਕਮ ਬੈਕ ਆਊਟ ਆਫ ਦਸ ਪਰ ਬਾਜੀ ਵਾਲੇ ਬੰਦੇ ਨੂੰ ਰਿਲਾਇਸ ਹੀ ਨਹੀਂ ਹੁੰਦਾ ਬੰਦਾ ਕਹਿੰਦਾ ਮੈਂ ਤਾਂ ਅਲਕੋਹਲ ਹੈ ਹੀ ਨਹੀਂ ਮੈਂ ਤਾਂ ਦੋ ਤਿੰਨ ਡਰਿੰਕਾਂ ਲਾਉਣਾ ਆ ਵੀ ਮੈਂ ਨਹੀਂ ਮੈਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੁੰਦੀ ਹੈਗੀ ਆ ਪਰ ਉਹ ਬੰਦਾ ਮੰਨਦਾ ਨਹੀਂ ਸੋ ਇਹ ਕਿਵੇਂ ਇਹ ਬੰਦੇ ਉਹਨੂੰ ਇੰਟਰਵੈਂਸ਼ਨ ਕਹਿੰਦੇ ਆਪਾਂ ਉਹਨੂੰ ਜ਼ਰੂਰੀ ਉੱਥੇ ਇੱਕ ਫੈਮਿਲੀ ਇੰਟਰਵੈਂਸ਼ਨ ਹੁੰਦੀ ਆ ਇੱਕ ਮੈਨੂੰ ਜਿੱਦਾਂ ਥਰਡ ਪਾਰਟੀ ਨੂੰ ਤੁਸੀਂ ਸਾਧ ਸਾਧ ਦੇ ਆ ਉੱਥੇ ਉਹ ਉਹਨੂੰ ਜਾਗਰਤਾ ਦੇਣੀ ਆ ਵੀ ਯੂ ਆਰ ਐਕਚੁਅਲੀ ਨੋ ਅਲਕੋਹਲ ਤੇਰੇ ਆਹਹ ਪ੍ਰੋਬਲਮ ਨੇ ਆਹਹ ਤੇਰੇ ਸਿੰਪਟਮਸ ਨੇ ਤੂੰ ਤੇਰਾ ਆਹਹ ਹਾਂ ਤੇਰੀ ਆਹ ਤਰੀ ਹੈਲਥ ਆ ਤਰੀ ਫੈਮਿਲੀ ਨੂੰ ਤੋਂ ਡਿਸਟਰਬ ਕੀਤਾ ਹੋਇਆ ਉਹਨੂੰ ਰੈਕਗਨਾਈਜ਼ ਕਰਉਣਾ ਸਾਡਾ ਫਰਜ਼ ਬਣਦਾ ਇਹਦੇ ਬਾਰੇ ਦੇ ਵਿੱਚ ਰਲ ਕੇ ਇੰਟਰਵੈਨਸ਼ਨ ਕਰ ਸਕਦਾ ਇੰਟਰਵੈਨਸ਼ਨ ਕੀ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਕਹੇ ਕਈ ਤਰੀਕੇ ਨੇ ਆਉਣ ਵਾਲੇ ਪ੍ਰੋਗਰਾਮਸ ਵਿੱਚ ਇਹ ਜਿਹੜੀ ਅਸੀਂ ਸੀਰੀਜ਼ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਕਿ ਜਿਹੜੇ ਲੋਕ ਇਸ ਵਿੱਚ ਫਸ ਚੁੱਕੇ ਨੇ ਕਿਵੇਂ ਇਸ ਤੋਂ ਬਾਹਰ ਆ ਸਕਦੇ ਨੇ ਇਹਦੇ ਬਾਰੇ ਗੱਲ ਕਰਾਂਗੇ ਤੁਹਾਡਾ ਇੱਥੇ ਆ ਕੇ ਸਾਡੇ ਨਾਲ ਸਾਂਝ ਪਾਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਜੀ